ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਹੜਾ ਟੌਪਿਕ ਆਪ ਜੀ ਲਈ ਅਸੀਂ ਲੈ ਕੇ ਆਏ ਹਾਂ ਉਹ ਕਾਫੀ ਵਿਚਾਰਨ ਵਾਲਾ ਹੈ, ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਜੀ। ਅਤੇ ਅਗਰ ਆਪ ਜੀ ਨੂੰ ਇਹ ਵੀਡੀਓ ਪਸੰਦ ਆਏ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਸ ਕਰਕੇ ਮਾਤਾਵਾਂ ਭੈਣਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਹ ਜਿਹੜਾ ਸ਼ਬਦ ਅਸੀਂ ਪੜ੍ਹਿਆ ਹੈ ਨਾ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧੰਨ ਜਣੇਂਦੀ, ਮਾਓ ਆਏ ਸਫਲ ਸੇ ਅੱਜ ਉਹ ਮਾਵਾਂ ਸਾਨੂੰ ਨਹੀਂ ਲੱਭਦੀਆਂ ਜਿਨ੍ਹਾਂ ਦੇ ਚਾਰ ਚਾਰ ਮਹੀਨਿਆਂ ਦੇ ਟੋਟੇ ਕੀਤੇ ਹਾਰ ਗੱਲਾਂ ਵਿੱਚ ਪੁਆਏ ਗਏ ਸੀ। ਇਹ ਤੁਹਾਡੇ ਵਿੱਚੋਂ ਮਾਵਾਂ ਸਨ, ਕਿਉਂਕਿ ਮੈਂ ਤੁਹਾਨੂੰ ਸਟੇਜ ਤੋਂ ਅਕਸਰ ਇਹ ਗੱਲ ਕਹਿੰਦਾ ਹਾਂ ਕਿ ਇਸ ਕਾਇਨਾਤ ਦਾ ਨਿਯਮ ਬਣਿਆ ਹੈ ਕਿ ਮੇਲ ਪਾਰਟ ਜਿਹੜਾ ਹੈ ਨਾ ਉਹ ਬਾਹਰ ਕੰਮ ਕਰਦਾ ਹੈ ਅਤੇ ਜਿਹੜਾ ਫੀਮੇਲ ਪਾਰਟ ਹੈ ਉਹ ਘਰ ਚਲਾਉਂਦਾ ਹੈ, ਅਤੇ ਬੱਚੇ ਦਾ 80% ਜਿਹੜਾ ਸਮਾਂ ਮਾਂ ਦੇ ਨਾਲ ਗੁਜ਼ਰਦਾ ਹੈ, 20% ਪਿਤਾ ਦੇ ਨਾਲ। ਅਤੇ ਮਾਂ ਫਿਰ ਉਹੋ ਜਿਹੀ ਹੋਵੇ ਜਿਨ੍ਹਾਂ ਦਾ, ਜਿਨ੍ਹਾਂ ਨੇ ਸਿਦਕ ਨਹੀਂ ਉਹਨਾਂ ਦਾ ਡੋਲਿਆ, ਅਤੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਗੁਰਦਾਸ ਨੰਗਲ ਗੜ੍ਹੀ ਤੋਂ ਜਦੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ, ਧਿਆਨ ਦੇਣਾ ਜੀ, ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦਿੱਲੀ ਵਿਖੇ ਲਿਆਂਦਾ ਗਿਆ, ਦਿੱਲੀ ਵਿਖੇ ਲਿਆ ਕੇ ਜਦੋਂ ਉਹਨਾਂ ਦਾ ਅਖੀਰਲਾ ਸਮਾਂ ਸ਼ਹਾਦਤ ਦਾ ਆਇਆ ਅਤੇ ਉਹਨਾਂ ਦੇ ਗੋਦ ਦੇ ਅੰਦਰ 4 ਸਾਲ ਦਾ ਬੱਚਾ ਉਸ ਜੱਲਾਦ ਨੇ ਪਾਇਆ ਅਤੇ ਨਾਲ ਹੀ ਖੰਜਰ ਦਿੱਤਾ, ਲੈ ਭਾਈ ਆਪਣੇ ਬੱਚੇ ਨੂੰ ਕਤਲ ਕਰ। ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਇਹ ਤਾਂ ਮੇਰਾ ਬੱਚਾ ਹੈ, ਅਗਰ ਇਸ ਦੀ ਜਗ੍ਹਾ ਤੇਰਾ ਬੱਚਾ ਵੀ ਮੇਰੀ ਗੋਦ ਦੇ ਅੰਦਰ ਹੁੰਦਾ ਮੈਂ ਉਸ ਨੂੰ ਵੀ ਕਤਲ ਨਹੀਂ ਕਰਨਾ ਸੀ, ਕਿਉਂਕਿ ਸਾਡੇ ਗੁਰੂ ਦੀ ਸਿੱਖਿਆ ਇਹ ਨਹੀਂ ਹੈ। ਅਤੇ ਉਹਨਾਂ ਨੂੰ ਡਰਾਵੇ ਦਿੱਤੇ ਗਏ, ਤਸੀਹੇ ਦਿੱਤੇ ਗਏ, ਜਬੂਰਾਂ ਦੇ ਨਾਲ ਉਹਨਾਂ ਦਾ ਮਾਸ ਨੋਚਿਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਨੂੰ ਉਸ ਜੱਲਾਦ ਨੇ ਖੰਜਰ ਦੇ ਨਾਲ ਉਹਨਾਂ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁਣਿਆ। ਇਹੋ ਜਿਹੀ ਸਿੱਖੀ ਦੀ ਅਸੀਂ ਵਾਰਸ ਹਾਂ, ਕਿਉਂਕਿ ਮੈਂ ਕਦੇ ਕਦੇ ਕਿਧਰੇ ਆਉਣ ਦਾ ਸਮਾਂ ਲੱਗਦਾ ਹੈ, ਭਾਈ ਮਹਿੰਦਰ ਸਿੰਘ ਜੀ ਦੱਸਦੇ ਹਨ ਕਿ ਬਹੁਤ ਪਿਆਰ ਵਾਲੀ ਸੰਗਤ ਹੈ ਸਾਡੇ ਵਿਕਾਸਪੁਰੀ। ਮੈਂ ਇੱਕੋ ਹੀ ਬੇਨਤੀ ਸਿਰਫ ਤੁਹਾਨੂੰ ਕਰਦਾ ਜੇ ਕਿ ਅਸੀਂ ਇਹ ਰੀਸੈਂਟਲੀ ਨਾ 3 ਸਾਲ ਦਾ ਸਰਵੇ ਇੰਡੀਆ ਦੀਆਂ 10 ਸਟੇਟਾਂ ਵਿੱਚ ਕੀਤਾ ਜੇ, ਅੱਜ ਸਾਡੀਆਂ ਉਮਰਾਂ ਜਿਹੜੀਆਂ ਪਹਿਲੇ 100-100 ਸਾਲ ਸਨ ਨਾ, ਅੱਜ ਸਿਰਫ ਜਿਹੜਾ ਆਰੋਗੀ ਸਰੀਰ ਜਿਸਨੂੰ ਅਸੀਂ ਕਹਿ ਸਕਦੇ ਹਾਂ ਉਹ 40-45 ਈਅਰਸ ਹੈ। ਉਸ ਤੋਂ ਬਾਅਦ ਡਾਇਬਟੀਜ਼ ਆ ਜਾਣੀ ਹੈ, ਸ਼ੂਗਰ ਆ ਜਾਣੀ ਹੈ ਜਾਂ BP ਆ ਜਾਣਾ। ਬੱਚੇ ਨੂੰ ਅਸੀਂ ਇੰਤਜ਼ਾਰ ਕਰਦੇ ਹਾਂ ਕਿ 18 ਸਾਲ ਦਾ ਹੋਵੇਗਾ, 20 ਸਾਲ ਦਾ ਹੋਵੇਗਾ, ਉਸ ਤੋਂ ਬਾਅਦ ਉਸ ਵਾਲੇ ਪਾਸੇ ਧਿਆਨ ਦੇਵਾਂਗੇ। 6 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਬੱਚੇ ਦੀ ਅਗਰ ਮਾਂ ਸੁਚੇਤ ਹੋ ਗਈ, ਇਸ ਸਮੇਂ ਬੱਚੇ ਦੀ ਨਾ ਅਕੈਡਮਿਕ ਐਜੂਕੇਸ਼ਨ ਜਿਹੜੀ ਹੈ ਉਹ ਬੜੀ ਜ਼ਿਆਦਾ ਉਸਦਾ ਬੋਝ ਨਹੀਂ ਹੁੰਦਾ। ਇਹ ਧਿਆਨ ਦੇਣਾ, ਸਾਰੀਆਂ ਮਾਤਾਵਾਂ ਭੈਣਾਂ ਵੀਰ ਵੀ ਬੈਠੇ ਹਨ ਜਿਹੜੇ ਜਿਨ੍ਹਾਂ ਦੇ ਘਰ ਦੇ ਨਹੀਂ ਆਏ, ਅੱਜ ਦੇ ਸਮੇਂ ਦੇ ਅੰਦਰ ਤੁਸੀਂ 6 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਨੂੰ ਇਹ ਜਿਹੜੇ 6 ਸਾਲ ਅਗਰ ਤੁਸੀਂ ਉਸਨੂੰ ਗੁਰਮਤਿ ਦੀ ਤਿਆਰੀ ਕਰਵਾ ਦਿਓ, ਉਸ ਤੋਂ ਬਾਅਦ ਉਹ ਬੱਚਾ ਚਿੱਕੜ ਵਿੱਚ ਵੀ ਖੜਾ ਹੋਵੇਗਾ ਨਾ, ਸ਼ਰਾਬੀਆਂ 'ਚ ਖੜਾ ਹੋਵੇਗਾ ਨਾ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਉਸ ਮਾਂ ਨੂੰ ਕਿ ਮੇਰੇ ਬੱਚੇ ਨੂੰ ਨਸ਼ੇ ਦੀ ਲੱਤ ਲੱਗੇਗੀ, ਕਿਉਂਕਿ ਉਸ ਬੱਚੇ ਨੂੰ ਸਮਝ ਆ ਜਾਵੇਗੀ ਕਿ ਕਮਲ ਦਾ ਫੁੱਲ ਚਿੱਕੜ ਵਿੱਚ ਵੀ ਹੋਵੇ ਤਾਂ ਵੀ ਆਪਣੀ ਖੁਸ਼ਬੂ ਦਿੰਦਾ ਹੈ, ਅਗਰ ਸ਼ਰਾਬੀਆਂ 'ਚ ਵੀ ਖੜਾ ਹੋਵੇਗਾ ਨਾ ਤਾਂ ਉੱਥੇ ਕਹੇਗਾ, ਅਗਰ ਉਹਨੂੰ ਉਸਦੇ ਦੋਸਤ ਕਹਿਣਗੇ ਨਾ ਆਹ ਭਾਈ ਥੋੜ੍ਹਾ ਨਸ਼ਾ ਕਰ ਲਈਏ, ਉਹ ਕਹੇਗਾ ਕਿਹੜਾ ਨਸ਼ਾ ਕਰਨਾ ਹੈ, ਆਓ ਮੈਂ ਤੁਹਾਨੂੰ ਦੱਸਦਾ। ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਜਿਹੜੇ ਪਰਬਤਾਂ 'ਤੇ ਬੈਠੇ ਜੋਗੀ ਸਨ ਉਹਨਾਂ ਨੂੰ ਕਿਹਾ ਸੀ ਕਿਹੜਾ ਨਸ਼ਾ ਤੁਸੀਂ ਕਰਕੇ ਘਰ ਬਾਰ ਤਿਆਗ ਕੇ ਇੱਥੇ ਬੈਠੇ ਹੋ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਪਾਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈਐ। ਮੈਂ ਖਾਸ ਕਰਕੇ ਬੇਨਤੀ ਤਾਂ ਕੀਤੀ ਹੈ ਕਿ ਬਹੁਤ ਭਿਆਨਕ ਸਮਾਂ ਸਾਡੇ 'ਤੇ ਚੱਲ ਰਿਹਾ ਹੈ, ਭਾਵੇਂ ਸਿੱਖੀ ਚੜ੍ਹਦੀ ਕਲਾ ਵਿੱਚ ਹੈ, ਕਦੀ ਢਹਿੰਦੀ ਕਲਾ ਵਿੱਚ ਹੋ ਹੀ ਨਹੀਂ ਸਕਦੀ। 700 ਸਾਲ ਮੁਗਲ ਸਲਤਨਤ ਦੀ ਜੜ੍ਹ ਉਖਾੜਨ ਵਾਲਾ ਸਿੱਖ ਯੋਧਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਿੱਖ ਰਾਜ ਕਾਇਮ ਕੀਤਾ, ਇਸ ਤੋਂ ਵੱਡੀ ਹਿਸਟਰੀ ਇੱਥੇ ਕੋਈ ਨਹੀਂ ਹੋ ਸਕਦੀ। ਪਰ ਫਿਰ ਵੀ ਸਾਨੂੰ ਸੁਚੇਤ ਬਹੁਤ ਰਹਿਣਾ ਪੈਣਾ ਹੈ। ਨੌਜਵਾਨ ਵੀਰ ਬੈਠੇ ਹਨ, ਬੇਨਤੀ ਹੈ ਇਹ ਜਿਹੜੀ ਦਸਤਾਰ ਸਾਨੂੰ ਮਿਲੀ ਹੈ ਨਾ, ਇੱਕੋ ਹੀ ਬਸ ਗੱਲ, ਅੱਜ ਇਹ ਜੂੜੀਆਂ ਸਾਡੇ ਪਟਕਿਆਂ ਦੇ ਪਿੱਛੇ ਆ ਗਈਆਂ। ਅੱਜ ਤੁਸੀਂ ਵੇਖੋ ਮੋਟਰਸਾਈਕਲਾਂ 'ਤੇ, ਉਹ ਕਿਤੇ ਸਾਹਿਬਜ਼ਾਦਿਆਂ ਨੂੰ ਚੇਤੇ ਕਰ ਲਈਏ ਜਦੋਂ ਉਹਨਾਂ ਨੇ ਵਜ਼ੀਰ ਖਾਨ ਨੇ ਪੂਰੀ ਤਿਆਰੀ ਕੀਤੀ ਕਿ ਅੱਜ ਕਚਹਿਰੀ ਦੇ ਅੰਦਰ ਇਹ ਆਉਣਗੇ, ਅਤੇ ਉਸਨੇ ਉਹ ਬਾਹਰੋਂ ਜਾਲਾ ਹੀ ਇਹੋ ਜਿਹਾ ਤਿਆਰ ਕੀਤਾ ਕਿ ਜਦੋਂ ਅੰਦਰ ਵੜਨਗੇ ਅਤੇ ਸਿਰ ਝੁਕਾ ਕੇ ਉਹਨਾਂ ਨੂੰ ਪਹਿਲੇ ਅੰਦਰ ਵੜਨਾ ਪੈਣਾ, ਅਤੇ ਅਸੀਂ ਕਹਾਂਗੇ ਕਿ ਗੁਰੂ ਦੇ ਲਾਲ ਝੁੱਕ ਗਏ ਹਨ, ਅਤੇ ਵਾਹ ਉਹ ਸਾਹਿਬਜ਼ਾਦੇ ਜਿਹੜੇ ਅੰਦਰ ਵੜਨ ਤੋਂ ਪਹਿਲੇ ਜਿਨ੍ਹਾਂ ਨੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਆਪਣੀ ਜੁੱਤੀ ਰੱਖੀ, ਉਸ ਤੋਂ ਬਾਅਦ ਉਸ ਕਚਹਿਰੀ ਵਿੱਚ ਬੜੇ, ਕਿਉਂ? ਉਹ ਇਸ ਦਸਤਾਰ ਦਾ
मुल जानते सन कि भाई तारू सिंह जी को चेता कर लीए। मैं कहता अपने बच्चों तुम ना घर जाके अज के दिन बेनती जी मेरी, क्योंकि तुम मेरिया माँ के समान बैठिया हो, भैन बैठिया हो, अपने बच्चों जाके ना एक एनालाइज करते हैं ना असं बच्चे ने इस साल किन्ने नंबर ले, टॉप में कितना गया, यह समागम क्यों करवाते हाँ असं, तुम एनालाइज करो, बच्चों को पुछो शाहरुख खान कौन है, अमिताभ बच्चन कौन है, तुसी ज़्यादा नहीं 6 साल के बच्चे तो पूछना शुरू कर दियो। वैसे तो बच्चा आज 3 साल का भी मोबाइल पूरा चला लेंदा जे, 18 साल के बच्चे पूछ के वेखो भाई सुखा सिंह, भाई महताब सिंह कौन सन, भाई मणि सिंह जी कौन सन, नहीं जे पता होगा शायद मुबारक होगी उन्होंने घर भी जिन्होंने पता हो। तस्वीर मनोकल्पत हैं पर फिर भी अगर तस्वीर असी लगाते हैं ना, तो अज सिख का रोल मॉडल, अज नौजवानों के रोल मॉडल पता किसने होना सी, बाबा बंदा सिंह बहादुर भाई मणि सिंह जी, 94 साल की उन्हों की उम्र, तो एक एक बंद उन्हों का कटो कटिया गया, वो किस लिए सी, ये बहुत महंगी सानू सिखी मिली है, दस्तारा जड़िया मिलिया हैं, गुरु कृपा करे रहमत करे, मैं थोड़ा जहा मन का वलवला सी, पर यह जड़िया विचार असी ना करते तो बहुत जरूरी सन। मातावां भैणां नूं बेनती है तुसी इंतजार कर दिओ कि मेरा बच्चा 20 साल का होएगा तो इंजीनियर बनेगा, डॉक्टर बनेगा 25 साल का, तो किन्नी मुबारक उस मां होगी। अपने मन नूं पुछ के वेखियो कि जिस माँ का बच्चा 12 साल की उम्र में नितनेम तैयार करके खंडे बाटे की पोल लैके जदों कलगीधर पातशाह के स्कूल में दाखिला लवेगा, वह माँ अपने फकर महसूस करेगी कि गुरु साहब जी मैनू इस संसार विच भेज के तुसी एक औरत जात विच भेजिया ते मैनू मां बनाया ते मैं अपना फर्ज अदा कर दिता है। इसलिए शायद वह बच्चा डॉक्टर बन के पायलट बन के नाल दी कंध दे विच वह बजुर्ग माता पिता सुते हैं ते उन्हां नू रोटी नहीं जे पुछेगा, पर जिस बच्चे ने बचपन विचों गुरु नानक साहब की तलीम ली होगी वह बच्चा भावें गरीबी हालत विच भी होगा राती 12 बजे मजदूरी करके आएगा ना तो अपने बजुर्ग पिता नू जरूर पुछेगा पिता जी तुसी दवाई ली या नहीं ली। यह गुरु नानक का फलसफा जे अज बजुर्गों नू घरों घर के अंदर सत्कार साडा दिन ब दिन घटता जा रहा है, सो कोशिश करिए गुरु कृपा करे।